ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੂਬੇ ਦਾ ਸਿਆਸੀ ਪਾਰਾ ਲਗਾਤਾਰ ਉੱਪਰ ਚੜ੍ਹਦਾ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜਨ ਲਈ ਤਿਆਰ ਹਨ। ਕੈਪਟਨ ਨੇ ਕਿਹਾ ਕਿ ਜੇਕਰ ਪਾਰਟੀ ਚਾਹੇ ਤਾਂ ਉਹ ਬਾਦਲ ਖਿਲਾਫ ਉਹਨਾਂ ਦੇ ਜੱਦੀ ਹਲਕੇ ਤੋਂ ਚੋਣ ਲੜਨਗੇ। ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਾਈ ਕਮਾਂਡ ਨੂੰ ਅਪੀਲ ਕੀਤੀ ਹੈ ਕਿ ਮੈਂ ਬਾਦਲ ਦੇ ਖਿਲਾਫ ਚੋਣ ਲੜਨ ਲਈ ਤਿਆਰ ਹਾਂ। ਜੇਕਰ ਪਾਰਟੀ ਚਾਹੇਗੀ ਤਾਂ ਪਟਿਆਲਾ ਦੇ ਨਾਲ ਨਾਲ ਲੰਬੀ ਤੋਂ ਵੀ ਉਹ ਚੋਣ ਲੜਨਗੇ। ਮੈਂ ਆਪਣੇ ਹਾਈ ਕਮਾਂਡ ਨੂੰ ਇਨਫੋਰਮ ਕਰ ਦਿੱਤਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਜਿਹੜੇ ਇੱਥੇ ਇਹ ਅਕਾਲੀ ਦਲ ਦੇ ਮੁਖੀ ਨੇ ਸਾਰੇ ਜਿਨ੍ਹਾਂ ਨੇ ਬੇੜਾ ਗਰਕ ਸਾਡੇ ਇੰਨੀ ਦੇਰ ਤੋਂ ਕਰਿਆ ਪੰਜਾਬ 'ਚ, ਜੋ ਸਾਡੇ ਖੁਦਕੁਸ਼ੀਆਂ ਕਿਸਾਨਾਂ ਦੇ ਵਿੱਚ, ਇੰਡਸਟਰੀ ਤਬਾਹ, ਟ੍ਰੇਡ ਤਬਾਹ, ਕੋਈ ਚੀਜ਼ ਵੀ ਇੱਕ ਪੋਜ਼ਿਟਿਵ ਗੱਲ ਨਹੀਂ ਕੋਈ ਹੋਈ ਇਸ ਗਵਰਨਮੈਂਟ ਵੱਲੋਂ। ਜਿਹੜਾ ਕੁਛ ਕੀਤਾ ਅਦਾਲੀ ਜੀ ਇਸਦੇ ਇਹ ਸਾਰੇ ਨਸ਼ਿਆਂ ਦੇ ਵਿੱਚ, ਇਹ ਸਾਡੇ ਕੋਈ ਚੀਜ਼ ਇਹੋ ਜਿਹੀ ਛੱਡੀ ਨਹੀਂ ਜਿਹੜੀ ਪੰਜਾਬੀਆਂ ਵਾਸਤੇ। ਛੱਡੋ, ਮਾਫੀਆ ਰਾਜ ਹੈ ਟੋਟਲ, ਗੁੰਡਾ ਰਾਜ ਹੈ ਟੋਟਲ। ਔਰ ਮੈਂ ਆਪਣੇ ਕਾਂਗਰਸ ਪ੍ਰੈਜ਼ੀਡੈਂਟ ਔਰ ਵਾਈਸ ਪ੍ਰੈਜ਼ੀਡੈਂਟ ਨੂੰ ਕਹਿ ਚੁੱਕਿਆ, ਇਹ ਜ਼ਰੂਰੀ ਹੈ ਕਿ ਇਹ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਬਾਦਲ ਹਰਨ, ਔਰ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਲੜਨ ਨੂੰ ਤਿਆਰ ਹੈ। ਆਈ ਵਿਲ ਫਾਈਟ ਪਟਿਆਲਾ ਐਂਡ ਆਈ ਵਿਲ ਆਲਸੋ ਫਾਈਟ ਲੰਬੀ ਇਫ ਮਾਈ ਹਾਈ ਕਮਾਂਡ ਵਾਂਟਸ, ਤਾਂ ਕਿ ਇਸ ਬਾਦਲ ਨੂੰ ਅਸੀਂ ਦੱਬ ਕੇ ਛੱਡੀਏ। ਬਥੇਰਾ ਕਰ ਲਿਆ ਉਸਨੇ ਨੁਕਸਾਨ ਸਾਡੇ ਪੰਜਾਬ ਦਾ।